ਇੱਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਫੇਟ ਮਾਰੀ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਉੱਥੇ ਹੀ ਟਰੱਕ ਡਰਾਈਵਰ ਆਪਣਾ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਨੌਜਵਾਨ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਤੇ ਉਸਨੂੰ ਰਸਤੇ ਦੇ ਵਿੱਚ ਆਪਣੇ ਹੀ ਪਿੰਡ ਦਾ ਇੱਕ ਬਜ਼ੁਰਗ ਮਿਲਿਆ ਅਤੇ ਇਸ ਨੌਜਵਾਨ ਨੇ ਉਸ ਬਜ਼ੁਰਗ ਨੂੰ ਵੀ ਲਿਫਟ ਦਿੱਤੀ, ਪਰ ਰਾਹ ਦੇ ਵਿੱਚ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਟਰੱਕ ਨੇ ਇਹਨਾਂ ਨੂੰ ਫੇਟ ਮਾਰੀ ਜਿਸ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਘਟਨਾ ਸਥਾਨ ਤੇ ਪੁਲਿਸ ਪਹੁੰਚੀ ਤੇ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਇਹ ਨੌਜਵਾਨ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ। ਉੱਥੇ ਦੂਜੇ ਪਾਸੇ ਨੌਜਵਾਨ ਦੀ ਮੌਤ ਕਾਰਨ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਛਾ ਗਿਆ। ਫਿਲਹਾਲ ਪੁਲਿਸ ਵੱਲੋਂ ਹੁਣ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ, ਉੱਥੇ ਟਰੱਕ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਦੋਵੇਂ ਮ੍ਰਿਤਕ ਵਿਅਕਤੀ ਸਮਾਣਾ ਦੇ ਪਿੰਡ ਹਮਚੜੀ ਦੇ ਰਹਿਣ ਵਾਲੇ ਸਨ। ਹਮਚੜੀ ਤੇ ਪਾਤਮਾ ਵਿਚਾਲੇ ਹਮਚੜੀ ਪਿੰਡ ਆਈ, ਉੱਥੇ ਬਾਈਪਾਸ ਤੇ ਹੋਇਆ ਜੀ। ਮੋਟਰਸਾਈਕਲ ਦੇ ਗੁਰਤੇਜ ਦੀ ਬਲਦੇਵ ਸਿੰਘ, ਹਾਂਜੀ ਹਾਂਜੀ ਹਾਂਜੀ, ਅਤੇ ਪਿੱਛੋਂ ਗੱਡੀ ਨਾਲ ਟਰਾਲਾ ਜੀ, 10 ਟਰਾਲੀ ਹੈ, ਉਹਨੇ ਐਕਸੀਡੈਂਟ ਪਿੱਛੋਂ ਆ ਕੇ ਮਾਰਿਆ ਜੀ, ਉੱਪਰ ਚੜ੍ਹਤਾ ਜੀ ਉੱਪਰ। ਇਹ ਦੋਨੋਂ ਪਾਤਰਾਂ ਦੇ ਕੰਮ 'ਤੇ ਆ ਰਹੇ ਸੀ ਆਪਣੇ? ਹਾਂਜੀ ਹਾਂਜੀ, ਕੰਮ 'ਤੇ ਆ ਰਹੇ ਜੀ। ਕਿਸ ਤਰ੍ਹਾਂ ਪਰਿਵਾਰ ਹੈ, ਕੀ ਹਾਲਾਤ ਹੈ ਕਰਦੇ? ਨੋਰਮਲ ਪਰਿਵਾਰ ਹੈ ਜੀ। ਸੜਕ ਹਾਦਸਾ ਹੋਇਆ, ਕਿੱਥੇ ਹੋਇਆ, ਕਿਹਦੀ ਕਿਹਦੀ ਮੌਤ ਹੋਈ ਹੈ? ਇਹ ਸਰ ਹਮਚੜੀ ਬਾਈਪਾਸ ਕੋਲ ਹੋਇਆ ਜੀ। ਹਮਚੜੀ ਵਾਲੀ ਸਾਈਡ ਤੋਂ ਪਾਤੜਾ ਵੱਲ ਨੂੰ ਦੋ ਮੋਟਰਸਾਈਕਲ ਸਵਾਰ ਆ ਰਹੇ ਸੀ। ਜਦੋਂ ਹਮਚੜੀ ਬਾਈਪਾਸ ਤੋਂ ਥੋੜ੍ਹਾ ਅੱਗੇ ਟੱਪੇ ਤਾਂ ਪਿੱਛੋਂ ਇੱਕ ਟਰਾਲਾ ਆ ਰਿਹਾ ਸੀ। ਟਰਾਲੇ ਵਾਲੇ ਨੇ ਮੋਟਰਸਾਈਕਲ ਨੂੰ ਫੇਟ ਮਾਰੀ ਅਤੇ ਮੋਟਰਸਾਈਕਲ ਦੋਵੇਂ ਐਟ ਦੀ ਸਪੋਰਟ, ਉਹਨਾਂ ਦੀ ਦੋਵਾਂ ਦੀ ਡੈਥ ਹੋ ਗਈ ਅਤੇ ਪਰਚਾ ਦਰਜ ਕਰ ਲਿਆ। ਦੋਨੇ ਹਮਚੜੀ ਦੇ ਨੇ। ਕੀ ਨਾਮ? ਇੱਕ ਦਾ ਨਾਮ ਬਲਦੇਵ ਸਿੰਘ, ਪੁੱਤਰ ਪੂਰਨ ਸਿੰਘ, ਉਮਰ ਕਰੀਬ 65 ਸਾਲ ਹੈ। ਕਿਸ ਤਰ੍ਹਾਂ ਮੁਕਦਮਾ ਦਰਜ ਹੋਇਆ ਹੋਣਾ? ਇਹ ਧਾਰਾ ਸਰ ਲਾਈ ਹੈ ਅਸੀਂ 106 ਜੀਵਨ 1, 281 ਅਤੇ 324 ਜੀਵਨ 4 BNS। ਟਰੱਕ ਡਰਾਈਵਰ ਫਰਾਰ? ਟਰੱਕ ਡਰਾਈਵਰ ਫਰਾਰ ਹੈ ਜੀ। ਨੌਜਵਾਨ ਆਪਣੇ ਕੰਮ ਤੋਂ ਵਾਪਿਸ ਪਰਤ ਰਿਹਾ ਸੀ ਤੇ ਉਸਨੂੰ ਰਸਤੇ ਦੇ ਵਿੱਚ ਆਪਣੇ ਹੀ ਪਿੰਡ ਦਾ ਇੱਕ ਬਜ਼ੁਰਗ ਮਿਲਿਆ ਅਤੇ ਇਸ ਨੌਜਵਾਨ ਨੇ ਉਸ ਬਜ਼ੁਰਗ ਨੂੰ ਵੀ ਲਿਫਟ ਦਿੱਤੀ, ਪਰ ਰਾਹ ਦੇ ਵਿੱਚ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਟਰੱਕ ਨੇ ਇਹਨਾਂ ਨੂੰ ਫੇਟ ਮਾਰੀ ਜਿਸ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਘਟਨਾ ਸਥਾਨ ਤੇ ਪੁਲਿਸ ਪਹੁੰਚੀ ਤੇ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਇਹ ਨੌਜਵਾਨ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ। ਉੱਥੇ ਦੂਜੇ ਪਾਸੇ ਨੌਜਵਾਨ ਦੀ ਮੌਤ ਕਾਰਨ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਛਾ ਗਿਆ। ਫਿਲਹਾਲ ਪੁਲਿਸ ਵੱਲੋਂ ਹੁਣ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ, ਉੱਥੇ ਟਰੱਕ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਦੋਵੇਂ ਮ੍ਰਿਤਕ ਵਿਅਕਤੀ ਸਮਾਣਾ ਦੇ ਪਿੰਡ ਹਮਚੜੀ ਦੇ ਰਹਿਣ ਵਾਲੇ ਸਨ।